झोना लाने बठिंडा एरिया अपना मालवा झोने वाला एक महीना पहला पनीरी बीजनी पैंदी है पौध भी कह दें पौध बीजनी पैंदी है फिर जाके खेतां च लाने फिर अक्तूबर च जाके झाड़ दिंदी है आ जेरी तुसी सामने देख रहे सी ए पनीरी है ए पौध है इन्हां ने जाके अगे एशियाई खेडा च कॉमनवेल्थ खेडा च ओलंपिक खेडा दे विच फल देने ने उद्घाटन दे मौके असी 5,94,00,000 रुपया जारी कीता है 1,807 खिडारियों नूं ए पिछले 5 साल तो रुकिया पिया सी नीयत साफ नहीं सी पर उन्हां नूं इह कहण दी आदत सी खजाना खाली है ते हुण फिर खजाना किवें भर गया नीयत साफ होवे नीयत भरी होवे सारिआं नूं नगद इनाम भी मिल जाणगे जिहड़े मैडल जित के आउणगे असीं कहा भी इह तां जित्तण तों बाद दीआं गल्लां ने असीं पहली चोर उहनां नूं दिंदे असीं 50 खिडारियों नूं 8,00,000 रुपया पर प्लेयर उन्हां खेडां दी तैयारी वास्ते दे रहे हां कि तुसीं एशियाई खेडां जाओ पहला अपने बूट तो ले लो जिन्हें भजना है उदे कोले बूट ही है नहीं जिहड़ी भी खेड दे विच तुसीं हिस्सा लेना चाहुंदे हो पहला उहदी तैयारी तो कर लो असीं जदों जित के आउणगे उदो बाद अलग देवांगे नैशनल गेम दे विच साढ़े 150 तो वध पंजाबी खिडारी ने 7 करोड़ रुपए की राशि असीं उन्हां नूं दित्ती है पंजाब सरकार तुहाडे लई रनवे बनूगी ते तुसीं उडारियां मारो सानू खुशी है इस गल दी ऐसे स्टेज तो ऐसे जगह ते मैं भी देखा होया शाहरुख खान होरी भी आए सी प्रियंका चोपड़ा आई सी 5 करोड़ 5 मिनटां दा साडे आले गतका खेड के गए है एदा कोई मुकाबला कर लू कोई शाहरुख हां जेड़ा जिमनास्टिक करके साडे बच्चे गए है कोई कर लू कोई री साडी साडे कोले आउंदियां खेडा आउंदे गिद्दे आउंदे भंगड़े साडे कोले आउंदियां बाजियां जिन्ने पैसे ਉਹਨਾਂ ਨੂੰ ਦੇਵਾਂਗੇ ਉਹਨੇ ਖਿਡਾਰੀਆਂ ਨੂੰ ਦੇ ਦਾਂਗੇ ਯਾਰ ਉਹ ਤੋਂ ਵੱਧ ਇਨਾਮ ਦੇ ਦਾਂਗੇ ਪੰਜਾਬ ਦੀਆਂ ਧੀਆਂ ਸਾਡੀਆਂ ਭੈਣਾਂ ਪੰਜਾਬ ਦਾ ਕਲਚਰ ਗਿੱਧਾ ਪੇਸ਼ ਕਰਨਗੀਆਂ ਭੰਗੜਾ ਪੇਸ਼ ਕੀਤਾ ਜਾਊਗਾ ਸਾਡਾ ਕਲਚਰ ਅਸੀਂ ਨੈਸ਼ਨਲਿਸਟਾਂ ਅਸੀਂ ਵਤਨ ਪ੍ਰਸਤਾਂ ਆਜ਼ਾਦੀ ਲੈਣ ਵੇਲੇ ਵੀ ਪੰਜਾਬੀ ਦੇਸ਼ ਨੂੰ ਭੁੱਖਾ ਮਰਦਾ ਸੀ ਉਹਦਾ ਢਿੱਡ ਭਰਨ ਵੇਲੇ ਵੀ ਪੰਜਾਬੀ ਤੇ ਆਜ਼ਾਦੀ ਸੰਭਾਲਣ ਵੇਲੇ ਵੀ ਪੰਜਾਬੀ ਅਸੀਂ ਪੰਜਾਬੀ ਭਾਰਤ ਦੀ ਹਾਕੀ ਟੀਮ 'ਚ 11 ਚੋਂ 9 ਪਲੇਅਰ ਪੰਜਾਬ ਦੇ ਨੇ ਹਰਮਨਪ੍ਰੀਤ ਹੈ ਗੁਰਜੰਟ ਹੈ ਕਾਸ਼ਦੀਪ ਹੈ ਮੈਨੂੰ ਮਿਲ ਕੇ ਗਏ ਸਾਰੇ ਤੇ ਅੱਜ ਮੇਜਰ ਧਿਆਨ ਚੰਦ ਹੋਰਾਂ ਦੇ ਜਨਮ ਦਿਨ ਦੇ ਮੌਕੇ ਤੇ 10 ਦਿਨ ਪਹਿਲਾਂ ਉਹ ਚੈਂਪੀਅਨ ਟਰਾਫੀ ਜਿੱਤ ਕੇ ਭਾਰਤੀ ਹਾਕੀ ਟੀਮ ਮੇਰੇ ਕੋਲੇ ਮਿਲਣ ਆਈ ਮੈਨੂੰ ਮੁੱਖ ਮੰਤਰੀ ਦੇ ਘਰੇ ਚੰਡੀਗੜ੍ਹ ਮੁੱਖ ਮੰਤਰੀ ਦੇ ਦਰਵਾਜ਼ੇ ਖੁੱਲੇ ਨੇ ਹੁਣ ਪਹਿਲਾਂ ਵਾਂਗੂ ਦਰਵਾਜ਼ੇ ਬੰਦ ਨਹੀਂ ਹੈਗੇ ਆ ਜਾਂਦੇ ਆ ਉਹ ਕਹਿੰਦੇ ਜੀ ਅਸੀਂ ਓਲੰਪਿਕ ਦੇ ਵਿੱਚੋਂ ਮੈਡਲ ਜਿੱਤ ਕੇ ਆਏ ਸੀ 2021 'ਚ ਸਾਡੀ ਆ ਨੌਕਰੀ ਬਣਦੀ ਸੀ ਸਾਡੀਆਂ ਡਿਗਰੀਆਂ ਵੀ ਲੈ ਲਈਆਂ ਸਾਈਨ ਸੂਨ ਵੀ ਕਰਾ ਲਏ ਸਾਨੂੰ ਨੌਕਰੀ ਮਿਲੀ ਹੁਣ ਇਦੂ ਵੱਧ ਹੋਰ ਕੀ ਕਰਦੇ ਨੇ ਓਲੰਪਿਕ 'ਚ ਮੈਡਲ ਜਿੱਤੀ ਫਿਰਦੇ ਆ ਚੈਂਪੀਅਨ ਟਰਾਫੀ 'ਚ ਗੋਲਡ ਲੈ ਕੇ ਆਏ ਆ ਅੱਜ ਬੰਗਲੌਰ 'ਚ ਨੇ ਹੋ ਸਕਦਾ ਉਹਨਾਂ 'ਚੋਂ ਬਹੁਤ ਸਾਰੇ ਲਾਈਵ ਟੈਲੀਕਾਸਟ ਸੁਣ ਰਹੇ ਹੋਣ ਜਿਹੜੀ 2021 'ਚ ਤੁਹਾਨੂੰ ਨੌਕਰੀ ਨਹੀਂ ਮਿਲੀ ਸੀ 2-3 ਦਿਨ ਦੇ ਦਿਓ ਬਸ ਤੁਹਾਨੂੰ ਉਹ ਨੌਕਰੀ ਮਿਲੂ ਪਰ ਤੁਸੀਂ ਏਸ਼ੀਆਈ ਖੇਡਾਂ 'ਚੋਂ ਗੋਲਡ ਲੈ ਕੇ ਆਓ ਤੁਹਾਨੂੰ ਨੌਕਰੀ ਦੀ ਚਿੰਤਾ ਨਹੀਂ ਖਿਡਾਰੀ ਨੂੰ ਜੇ ਅਧਿਆਪਕ ਨੂੰ ਜੇ ਆਪਦੇ ਭਵਿੱਖ ਦੀ ਹੀ ਚਿੰਤਾ ਹੈ ਉਹ ਕੀ ਕਰਕੇ ਦਿਖਾਊਗਾ ਦੇਸ਼ ਵਾਸਤੇ ਜਿੰਨੇ ਪਲੇਅਰ ਹਾਕੀ ਦੇ 9 ਨੇ ਜਿੰਨੇ ਵੀ ਹੋਰ ਉਸੇ ਕੈਟਾਗਰੀ ਦੇ ਅਧੀਨ ਜੋ ਨੌਕਰੀ ਉਹਨਾਂ ਨੂੰ ਬਣਦੀ ਹੈ ਜੋ ਪਹਿਲਾਂ ਵਾਲੀਆਂ ਸਰਕਾਰਾਂ ਨੇ ਨਹੀਂ ਦਿੱਤੀ ਆਪਾਂ ਦੇਵਾਂਗੇ ਆਪਣੀ ਐਸੈਟ ਹੈ ਆਪਣੀ ਪ੍ਰੋਪਰਟੀ ਨੇ ਉਹ ਆਪਾਂ ਸੰਭਾਲਣਾ ਉਹਨਾਂ ਨੂੰ ਹੋ ਸਕਦਾ ਆਉਂਦੇ 2-3 ਦਿਨਾਂ ਤੱਕ ਜੇ ਉਹਨਾਂ ਦੇ ਕੋਚ ਨੇ ਅਲਾਅ ਕੀਤਾ ਉਹਨਾਂ ਨੂੰ ਬੰਗਲੌਰ ਤੋਂ ਕੈਂਪ ਤੋਂ ਬੁਲਾ ਕੇ ਅਸੀਂ ਉਹਨਾਂ ਨੂੰ ਉਹਨਾਂ ਦੀਆਂ ਜੋ ਉਸ ਵੇਲੇ ਬਣਦੀਆਂ ਨੌਕਰੀਆਂ ਸੀ ਅਸੀਂ ਉਹੀ ਨੌਕਰੀਆਂ ਅਸੀਂ ਉਹਨਾਂ ਨੂੰ ਕੋਈ ਕੋਈ ਆਸਾਨ ਨਹੀਂ ਕਰ ਰਹੇ ਸਾਡਾ ਫਰਜ਼ ਹੈ ਜਦੋਂ ਗੋਲ ਕਰਦੇ ਆ ਸਾਡਾ ਸੀਨਾ ਚੌੜਾ ਹੋ ਜਾਂਦਾ ਜਦੋਂ ਜਨ ਗਨ ਮਨ ਸਾਡਾ ਰਾਸ਼ਟਰੀ ਗਾਨ ਹੁੰਦਾ ਝੰਡਾ ਉੱਪਰ ਜਾਂਦਾ ਸਾਡਾ ਸੀਨਾ ਚੌੜਾ ਹੋ ਜਾਂਦਾ ਤੇ ਫਿਰ ਜਦੋਂ ਉਹਨਾਂ ਨੂੰ ਅਸੀਂ ਰੁਲਦੇ ਦੇਖਦੇ ਹਾਂ ਫਿਰ ਸਾਨੂੰ ਲੱਗਦਾ ਯਾਰ ਅਸੀਂ ਕੀ ਕੀਤਾ ਫਿਰ ਕੁਸ਼ਤੀ ਸੰਘ ਜਿਹੜਾ ਉਹ ਵਿਵਾਦਾਂ 'ਚ ਘਿਰ ਗਿਆ ਖੇਡਾਂ ਦੀ ਬਾਗਡੋਰ ਗਲਤ ਬੰਦਿਆਂ ਨੂੰ ਦੇਤੀ ਉਹ ਆਪਦੇ ਹਿਸਾਬ ਨਾਲ ਚਲਾਈ ਜਾਂਦੇ ਆ ਮੇਰਾ ਮਾਮੇ ਦਾ ਮੁੰਡਾ ਮੇਰੇ ਚਾਚੇ ਦਾ ਮੁੰਡਾ ਮੇਰਾ ਭਾਣਜਾ ਮੇਰਾ ਭਤੀਜਾ ਟੀਮਾਂ 'ਚ ਆ ਜਾਂਦੇ ਆ ਤੇ ਮੁੜ ਕੇ ਕਿਆ ਕਿਹੜੇ ਮੈਡਲ ਦੀ ਉਡੀਕ ਕਰਾਉਂਗੇ ਕੱਲੀਆਂ ਖੇਡਾਂ 'ਚ ਨਹੀਂ ਰਾਜਨੀਤੀ 'ਚ ਵੀ ਭਾਣਜੇ ਤੇ ਭਤੀਜੇ ਹੀ ਮਰਵਾਉਂਦੇ ਆ ਜਦੋਂ ਮਰਵਾਉਂਦੇ ਆ ਪਿਛਲਿਆਂ ਦੇ ਦੇਖ ਲਓ ਭਾਣਜੇ ਭਤੀਜੇ ਹੀ ਹੈ ਸੋ ਇਹ ਭਾਣਜਿਆਂ ਭਤੀਜਿਆਂ 'ਚੋਂ ਅਸੀਂ ਖੇਡਾਂ ਵੀ ਕੱਢਣੀਆਂ ਚਾਹੁੰਦੇ ਹਾਂ ਅਸੀਂ ਰਾਜਨੀਤੀ ਵੀ ਕੱਢਣੀ ਚਾਹੁੰਦੇ ਹਾਂ ਜਿਹੜਾ ਬੱਚਾ
मैरिट दे विच अगे आऊगा ओदी एमएलए भावे सिफारिश सुने ना सुने ओदे बाप कोले पैसे होण ना होण ओनू मैरिट मुताबक नौकरी पंजाब दे विच मिलूगी। आ मेरे छोटे बच्चे पुत मैं थोड़ा चाचा भी हाँ, बतौर चाचा कह लो बतौर बड़े भाई कह लो, अपा किते नहीं जाना, अपा ऐसे मुल्क च ऐसे पंजाब च रह के पंजाब नू ही रंगला पंजाब बनाउणा है। इनकलाब इनकलाब।